ਹਾਂਜੀ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਉਮੀਦ ਕਰਦੇ ਹੋ ਸਭ ਠੀਕ ਠਾਕ ਹੋਵੋਗੇ। ਅੱਜ ਆਏ ਸੀ ਸ਼ੇਰਪੁਰ, ਸ਼ੇਰਪੁਰ ਹੀਰੋ ਏਜੰਸੀ, ਸ਼ੇਰਪੁਰ ਆਟੋਜ ਸ਼ੇਰਪੁਰ ਵੱਲੋਂ ਪੇਸ਼ ਹੈ ਦੀਵਾਲੀ ਦੇ ਹੀਰੋ ਦੇ ਤਿਉਹਾਰਾਂ ਦੇ ਨਾਲ ਬਹੁਤ ਵੱਡੇ ਔਫਰ ਚੱਲ ਰਹੇ ਨੇਗੇ। ਅੱਜ ਕਰਦੇ ਹਾਂ ਆਪਾਂ ਇਹਨਾਂ ਨਾਲ ਗੱਲਬਾਤ ਵੀ ਕਿਹੜੇ ਕਿਹੜੇ ਔਫਰ ਨੇ, ਕੀ ਮੋਟਰਸਾਈਕਲ ਦੇ ਨਾਲ ਦਿੰਦੇ ਹੋ, ਕੀ ਔਫਰ ਨੇਗੇ, ਹੈ ਨਾ। ਇਹ ਆਪਣੀ ਜਿਹੜੀ ਏਜੰਸੀ ਆ ਨੀਅਰ ਪੈਟਰੋਲ ਪੰਪ, ਸਭ ਤੋਂ ਪੁਰਾਣਾ ਸ਼ੇਰਪੁਰ ਦਾ ਪੈਟਰੋਲ ਪੰਪ ਆ ਉਹਦੇ ਨੇੜੇ, ਜਦੋਂ ਕਾਤਰੋਂ ਤੋਂ ਆਉਣਾ ਸ਼ੇਰਪੁਰ ਵੱਲ ਨੂੰ ਪੈਟਰੋਲ ਪੰਪ ਦੇ ਨੇੜੇ ਆ ਜਾਓ, ਕਰਦੇ ਹਾਂ ਗੱਲਬਾਤ। ਕੀ ਹਾਲ ਹੈ ਬਲਜੀਤ? ਵਧੀਆ ਜੀ, ਹੋਰ ਠੀਕ ਠਾਕ? ਹਾਂਜੀ ਹਾਂਜੀ ਹਾਂਜੀ। ਕਿਵੇਂ ਚੱਲ ਰਿਹਾ ਕੰਮ? ਪਹਿਲਾਂ ਨਾਲੋਂ ਠੀਕ ਚੱਲ ਰਿਹਾ ਜੀ। ਠੀਕ ਆ ਹੁਣ? ਹਾਂਜੀ ਹਾਂਜੀ, ਹੁਣ ਤਾਂ ਤਿਉਹਾਰ ਦੇ ਦਿਨ ਚੱਲ ਪਏ। ਹਾਂਜੀ, ਪਹਿਲਾਂ ਸ਼ਰਾਧਾਂ ਕਰਕੇ ਤੁਹਾਡਾ ਵੀ ਫਰਕ ਪੈ ਜਾਂਦਾ? ਨਹੀਂ ਜੀ, ਸ਼ਰਾਧ ਵਧੀਆ ਲੰਘੇ ਨੇ ਆਪਣੇ। ਠੀਕ, ਵਧੀਆ ਚੱਲੀ ਗਿਆ ਕੰਮ? ਵਧੀਆ ਚੱਲਿਆ ਜੀ ਕੰਮ ਪੂਰਾ। ਠੀਕ, ਦੁਸਹਿਰਾ ਵੀ ਵਧੀਆ ਲੰਘ ਗਿਆ? ਦੁਸਹਿਰਾ ਵੀ ਵਧੀਆ ਲੰਘ ਗਿਆ ਜੀ। ਹੁਣ ਜਿਹੜੇ ਦੀਵਾਲੀ ਦਾ ਤਿਉਹਾਰ ਆ ਰਿਹਾ ਗਾ, ਹਾਂਜੀ ਹਾਂਜੀ, ਫਿਰ ਤੁਸੀਂ ਉਹ ਤੇ ਆਫਰਾਂ ਵੀ ਰੱਖੀਆਂ ਨੇ ਕੁਛ? ਹਾਂਜੀ ਸਰ, ਰੱਖਣੀਆਂ ਪੈਂਦੀਆਂ ਨੇ ਜੀ ਆਫਰ। ਠੀਕ ਆ, ਇਹ ਕੱਲਾ ਆਪਣਾ ਹੀਰੋ ਆ ਗਿਆ ਹੈ? ਹੀਰੋ ਜੀ, ਹੀਰੋ। ਠੀਕ ਹੈ, ਜਿਵੇਂ ਅੱਗੇ ਹੀਰੋ ਹਾਂਡਾ ਹੁੰਦਾ ਸੀਗਾ, ਉਹ ਹੀਰੋ ਅਲੱਗ ਹੋ ਗਿਆ? ਹੀਰੋ ਅਲੱਗ ਹੋ ਗਿਆ ਜੀ, ਹੌਂਡਾ ਅਲੱਗ ਹੋ ਗਿਆ। ਠੀਕ ਆ, ਉਸ ਮਾਡਲ ਜਿਹੜੇ ਹੀਰੋ ਹੌਂਡਾ ਦੇ ਸੀ ਹੌਂਡਾ ਲੈ ਵੀ ਚਲੇ ਗਏ, ਕੁਛ ਹੀਰੋ ਲੈ ਵੀ ਚਲੇ ਗਏ ਜੀ। ਠੀਕ ਆ, ਇਹ ਐਕਟਿਵਾ ਵੀ ਆਪਣੇ ਚੀਜ਼ ਆਉਂਦੀ ਹੋਊਗੀ? ਪਲੇਜ਼ਰ ਆਉਂਦੀ ਹੈਗੀ ਜੀ, ਡੈਸਟਨੀ ਆਉਂਦੀ ਹੈ ਜੀ ਆਪਣੇ। ਜਿਹੜੀ ਐਕਟਿਵਾ ਉਹ ਨਹੀਂ ਆਉਂਦੀ? ਨਹੀਂ ਨਹੀਂ, ਐਕਟਿਵਾ ਹੌਂਡਾ ਲੈ ਫਿਰ। ਠੀਕ ਆ, ਆ ਸਾਰੀ ਸਪਲੈਂਡਰ ਖੜੇ ਨੇਗੇ? ਹਾਂਜੀ, ਇਹ ਸਪਲੈਂਡਰ ਖੜੇ ਨੇ ਜੀ, ਆਹ ਮਾਗਰ ਡੀਲਕਸ ਖੜੇ ਨੇ ਜੀ, ਸੈਲਫ ਮਿਲ ਜਾਣਗੇ ਜੀ ਤੇ ਕਿੱਟ ਮਿਲ ਜਾਣਗੇ ਜੀ ਆਪਾਂ। ਜਿਹੜੇ ਆਹ ਇਹਨਾਂ 'ਚ ਤਾਂ ਫੀਚਰ ਵੀ ਹੁਣ ਬਹੁਤ ਵਧੀਆ ਪਾਤੇ, ਹੈ ਨਾ? ਹਾਂਜੀ ਹਾਂਜੀ, ਪਹਿਲਾਂ ਨਾਲ ਬਹੁਤ ਜ਼ਿਆਦਾ ਫੀਚਰ ਵਧੀਆ ਪਏ ਹੋਏ ਨੇ ਜੀ ਇਹਨਾਂ 'ਚ। ਜਿਵੇਂ ਅੱਗੇ ਲੋਕਾਂ ਨੂੰ ਹਾਕਾਂ ਜੀ ਨਹੀਂ ਮਾਰਦੇ ਹੁੰਦੇ ਵੀ ਉਹ ਸਟੈਂਡ ਚੱਕ ਲਾ, ਸਟੈਂਡ ਚੱਕ ਲਾ, ਸਾਈਡ ਸਟੈਂਡ ਵਾਲਾ ਇਹਦੇ 'ਚ ਵਧੀਆ ਫੀਚਰ ਪਿਆ ਗਾ ਜੀ। ਹਾਂਜੀ, ਜੇ ਆਪਾਂ ਸਾਈਡ ਸਟੈਂਡ ਲੱਗੇ ਤੇ ਮੋਟਰਸਾਈਕਲ ਸਟਾਰਟ ਕਰ ਲੈਂਦੇ, ਮੋਟਰਸਾਈਕਲ ਸਟਾਰਟ ਹੁੰਦਾ ਗਾ ਜਦੋਂ ਆਪਾਂ ਗੇਅਰ ਪਾਉਂਦੇ ਹਾਂ, ਨਾਲ ਦੀ ਨਾਲ ਬੰਦ, ਨਾਲ ਦੀ ਨਾਲ ਬੰਦ। ਹਾਂਜੀ ਹਾਂਜੀ, ਠੀਕ ਆ। ਇਹਦੇ ਨਾਲ ਆਪਣੇ ਇਹ ਮੰਨੋ ਵੀ ਤੁਸੀਂ ਐਕਸੀਡੈਂਟ ਦੀ ਜਿਹੜੀ ਹੁੰਦੀ ਹੈਗੀ ਰੇਸ ਉਹ ਬਹੁਤ ਜ਼ਿਆਦਾ ਘੱਟ ਗਈ, ਕਿਉਂਕਿ ਸਾਈਡ ਸਟੈਂਡ ਲੱਗਣ ਨਾਲ ਹੀ ਐਕਸੀਡੈਂਟ ਜ਼ਿਆਦਾ ਹੁੰਦੇ ਸੀ। ਠੀਕ ਆ, ਅੱਗੇ ਇੱਕ ਹੋਰ ਵੀ ਹੁੰਦੇ ਸੀ, ਜਿਵੇਂ ਕੋਈ ਤੇ ਮੰਨ ਲਾ ਕੋਈ ਯਾਰ ਮਿੱਤਰ ਮਿਲ ਗਿਆ, ਹਾਂਜੀ, ਆਪਾਂ ਗੇਅਰ ਕੱਢੇ, ਮੋਟਰਸਾਈਕਲ ਸਟਾਰਟ ਦਾ ਸਟਾਰਟ ਖੜਾ ਗਾ, ਹਾਂਜੀ, ਇਹ 'ਚ ਉਹ ਵੀ ਫੀਚਰ ਆਏ? ਹਾਂਜੀ, ਉਹ ਵੀ ਫੀਚਰ ਆ ਗਏ ਜੀ ਇਹਦੇ 'ਚ, ਇਹ I3S ਟੈਕਨੋਲੋਜੀ ਆ ਗਈ ਜੀ ਇਹਦੇ ਵਿੱਚ। ਹਾਂ, ਜੇ ਆਪਣਾ ਮੋਟਰਸਾਈਕਲ ਚੱਲ ਰਿਹਾ ਗਾ, ਚੱਲਦਾ ਗਏ ਆਂਗੇ ਆਪਾਂ ਕੁਝ ਟਾਈਮ ਲਈ, ਠੀਕ ਆ, ਬਾਅਦ ਦੇ ਵਿੱਚ ਚੱਲਦਾ ਮੋਟਰਸਾਈਕਲ ਖੜਾ ਗਏ ਨੇ, ਆਟੋਮੈਟਿਕ ਹੀ ਬੰਦ ਹੋ ਜਾਣਾ ਗਾ ਜਦੋਂ ਆਪਾਂ ਕਲੱਚ ਨੱਪਦੇ ਨੇ, ਸਟਾਰਟ ਹੋ ਜਾਣਾ ਗਾ ਜਦੋਂ, ਫਿਰ ਆਪਾਂ ਤੋਰਨਾ ਗਾ ਤਾਂ ਜਦੋਂ ਕਲੱਚ ਦੱਬਾਂਗੇ ਸਟਾਰਟ ਹੋ ਜਾਊਗਾ ਉਦੋਂ, ਨਾਲ ਦੀ ਨਾਲ। ਹਾਂਜੀ ਹਾਂਜੀ, ਨਾਲ ਦੀ ਨਾਲ। ਇਹਦਾ ਫਿਰ ਤੇਲ ਦੀ ਬੱਚਤ ਬਹੁਤ ਆ ਗਈ? ਬਹੁਤ ਜੀ ਬਹੁਤ, ਐਵਰੇਜ ਵੀ ਪਹਿਲਾਂ ਨਾਲੋਂ ਜ਼ਿਆਦਾ ਹੋ ਗਈ ਜੀ। ਹੁਣ ਕਿੰਨੀ ਐਵਰੇਜ ਦੇ ਰਿਹਾ ਹੈਗਾ? ਐਵਰੇਜ ਕੰਪਨੀ ਦਾ ਕਹਿ ਰਹੀ ਹੈਗੀ ਜੀ 95 ਦੀ, ਬਟ ਜਿਹੜੀ ਆਲਮੋਸਟ ਨਿਕਲਦੀ ਹੋਊਗੀ 85 ਦੀ। 85 ਦੀ? ਹਾਂਜੀ ਹਾਂਜੀ, 85 ਦੀ ਵੀ ਐਵਰੇਜ ਤਾਂ ਬਹੁਤ ਆ ਗਈ। ਹੈਗੀ ਪਲੇਜ਼ਰ ਜੀ? ਪਲੇਜ਼ਰ, ਹਾਂਜੀ, ਇਹਦੀ ਕੀ ਐਵਰੇਜ ਆ ਵੀ? ਪਲੇਜ਼ਰ ਦੀ ਐਵਰੇਜ ਹੈਗੀ ਕਿ ਜੀ 65 ਤੋਂ 70 ਦੀ ਜੀ। ਠੀਕ ਆ, ਲੋਕਲ 65 ਦੀ ਦੇ ਰਹੀ ਹੈ ਕਿ ਜੀ, ਰੋਡ ਤੇ ਆਪਾਂ ਜਿਵੇਂ ਲੰਮੇ ਰੋਡ ਤੇ ਜਾ ਰਹੇ ਉਹਦੇ 'ਚ 70 ਦੀ ਦੇ ਰਹੀ ਹੈ। ਠੀਕ ਆ ਜੀ, ਹਾਂਜੀ। ਇੱਕ ਦੋਸਤੋ ਕੱਲ ਤੁਸੀਂ ਕਹੋਗੇ ਨਾ ਵੀ ਮੰਨ ਲਓ ਸਾਨੂੰ ਰੇਟ ਨਹੀਂ ਦੱਸੇ, ਹੈ ਨਾ, ਹੁਣ ਇਕੱਲੇ ਇਕੱਲੇ ਮੋਟਰਸਾਈਕਲ ਦਾ ਕੋਈ ਕਿੱਕ ਤੇ ਆ ਕੋਈ ਸੈਲਫ ਸਟਾਰਟ ਆ ਉਹਦੇ ਵੱਖੋ ਵੱਖਰੇ ਕੀਮਤ, ਉਹ ਤੁਹਾਨੂੰ ਬਲਜੀਤ ਦਾ ਨੰਬਰ ਦੇਵਾਂਗੇ, ਬਲਜੀਤ ਦੇ ਨੰਬਰ 'ਤੇ ਕੰਟੈਕਟ ਕਰ ਲਿਓ, ਅਤੇ ਬਾਕੀ ਜਿਹੜੀਆਂ ਔਫਰਾਂ ਨੇ ਔਫਰਾਂ ਬਾਰੇ ਕਰਦੇ ਹਾਂ ਗੱਲਬਾਤ, ਅਤੇ ਆਪਾਂ ਬਹਿ ਕੇ ਕਰੀਏ ਗੱਲਬਾਤ। ਹਾਂਜੀ ਹਾਂਜੀ, ਕੋਈ ਦਿੱਕਤ ਨਹੀਂ ਜੀ। ਜਿਹੜਾ ਸਪਲੈਂਡਰ ਮੋਟਰਸਾਈਕਲ ਆ ਬਲਜੀਤ, ਹਾਂਜੀ, ਇਹ 'ਤੇ ਕੀ ਔਫਰ ਹੈਗਾ? ਜਿਹੜਾ ਸਪਲੈਂਡਰ ਮੋਟਰਸਾਈਕਲ ਹੈਗਾ ਜੀ, ਹਾਂਜੀ, ਇਹਦੇ ਉੱਤੇ ਆਪਾਂ ਦੇ ਰਹੇ ਹਾਂ 2000 ਦਾ ਡਿਸਕਾਊਂਟ। 2000 ਦਾ ਡਿਸਕਾਊਂਟ? ਹਾਂਜੀ, ਠੀਕ ਆ ਠੀਕ ਹੈ ਜੀ। ਠੀਕ ਹੈ,
ਨਾਲ ਦੇ ਰਹੇ ਹਾਂਗੇ ਆਪਾਂ ਪੈਟਰੋਲ ਦੀ ਟੈਂਕੀ ਖੋਲੀ ਅਤੇ ਇੱਕ ਦੀਵਾਲੀ ਦਾ ਗਿਫਟ। ਇੱਕ ਦੀਵਾਲੀ ਦਾ ਗਿਫਟ, ਹਾਂਜੀ ਠੀਕ ਆ। ਅਤੇ ਇਹਦੀਆਂ ਸਰਵਿਸਾਂ ਕਿੰਨੀਆਂ ਫ੍ਰੀ ਦੇ ਰਹੇ ਹਾਂ ਆਪਾਂ? ਸਰਵਿਸ ਆਪਾਂ ਦੇ ਰਹੇ ਜੀ 5 ਫ੍ਰੀ। 5 ਫ੍ਰੀ, ਹਾਂਜੀ। ਕੋਈ ਪੈਸਾ ਨਹੀਂ ਉਹਦਾ? ਨਹੀਂ ਨਹੀਂ ਕੋਈ ਪੈਸਾ ਨਹੀਂ ਹੈਗਾ, ਲੇਬਰ ਫ੍ਰੀ ਹੁੰਦੀ ਹੈਗੀ ਜੀ, ਜਿਹੜਾ ਸਮਾਨ ਪਊਗਾ ਉਹਦੇ ਆਪਾਂ ਚਾਰਜਸ ਪੈਸੇ ਲੱਗਣਗੇ। ਹਾਂਜੀ ਹਾਂਜੀ ਠੀਕ ਆ। ਅਤੇ ਇਹਦਾ ਬੀਮਾ? ਬੀਮਾ ਇਹਦਾ 5 ਸਾਲ ਦਾ ਹੁੰਦਾ ਜੀ। 5 ਸਾਲਾਂ ਦਾ? ਹਾਂਜੀ। ਜਿਵੇਂ ਅੱਗੇ 1 ਸਾਲ ਬਾਅਦ ਕਰਾਉਣੇ ਆਪਾਂ? ਹਾਂਜੀ ਉਹੀ ਦੱਸ ਰਿਹਾ ਜੀ ਮੈਂ ਤੁਹਾਨੂੰ, ਇਹਦਾ 5 ਸਾਲਾਂ ਦਾ ਬੀਮਾ ਹੁੰਦਾ ਜੀ, 1 ਸਾਲ ਦਾ ਫੁੱਲ ਹੁੰਦਾ ਜੀ, ਅਤੇ 4 ਸਾਲ ਦਾ ਆਪਣਾ ਥਰਡ ਪਾਰਟੀ ਬੀਮਾ। ਥਰਡ ਪਾਰਟੀ, ਇਹਦੇ ਵਿੱਚ ਜਿਹੜਾ 1 ਸਾਲ ਦਾ ਫੁੱਲ ਜੀ ਉਹਦੇ ਬੰਪਰ ਟੂ ਬੰਪਰ ਬੀਮਾ ਹੋਊਗਾ ਜੀ ਆਪਣਾ, ਠੀਕ ਹੈ ਜੀ, ਕੈਸ਼ਲੈਸ ਬੀਮਾ ਹੋਊਗਾ ਜੀ, ਠੀਕ ਹੈ। ਇਹਦੇ ਵਿੱਚ ਇਹ ਨਹੀਂ ਹੈਗਾ ਵੀ ਆਪਾਂ ਕਹਾਂਗੇ ਵੀ ਤੁਹਾਨੂੰ ਤੁਹਾਡੇ ਮੋਟਰ ਸਾਈਕਲ ਦਾ ਐਕਸੀਡੈਂਟ ਹੋ ਗਿਆ ਬਾਈ ਚਾਂਸ, ਕੁਛ ਵੀ ਹੁੰਦਾ, ਠੀਕ ਹੈ, ਜੇ ਤੁਸੀਂ ਪਹਿਲਾਂ ਪੈਸੇ ਦਿਓ ਕੰਪਨੀ ਤੁਹਾਡੇ ਅਕਾਊਂਟ 'ਚ ਪਾ ਦੂਗੀ, ਠੀਕ ਹੈ। ਉਹਦੇ ਵਿੱਚ ਕਸਟਮਰ ਨੂੰ ਖੱਜਲ ਖਵਾਰੀ ਹੁੰਦੀ ਹੈ, ਕਈ ਵਾਰ ਪੇਮੈਂਟ ਆ ਜਾਂਦੀ ਹੈ, ਕਈ ਵਾਰ ਘੱਟ ਆ ਜਾਂਦੀ ਹੈ, ਕਈ ਵਾਰ ਆਉਂਦੀ ਹੈ। ਹਾਂਜੀ। ਅਤੇ ਜਿਹੜਾ ਆਪਾਂ ਬੀਮਾ ਕਰਾਂਗੇ ਜੀ ਉਹਦੇ ਵਿੱਚ ਬੰਪਰ ਟੂ ਬੰਪਰ ਬੀਮਾ ਹੈਗਾ ਵੀਰੇ, ਕੈਸ਼ਲੈਸ ਬੀਮਾ ਹੋਊਗਾ, ਤੁਸੀਂ ਮੋਟਰਸਾਈਕਲ ਕਢਾਉਣਾ ਹੈਗਾ, ਇਕੱਲੀ ਕਲੇਮ ਫੀਸ ਦੇਣੀ ਹੈਗੀ, ਬਾਕੀ ਸਾਰਾ ਮੋਟਰਸਾਈਕਲ ਆਪਾਂ ਕੰਪਲੀਟ ਕਰਵਾ ਕੇ ਦੇਵਾਂਗੇ ਤੁਹਾਨੂੰ ਨਵਾਂ, ਠੀਕ ਹੈ। ਹਾਂਜੀ। ਇਹਦੀ ਵਾਰੰਟੀ ਆ ਜਿਹੜੀ ਉਹ ਕਿੰਨੇ ਸਾਲ ਦੀ ਹੋਊਗੀ? ਇਹਦੀ ਵਾਰੰਟੀ ਹੈਗੀ ਜੀ 5 ਸਾਲ ਦੀ। 5 ਸਾਲ ਦੀ, ਹਾਂਜੀ। ਉਹਦੇ ਵਿੱਚ ਕੀ ਕੁਛ ਹੋਊਗਾ? ਵਾਰੰਟੀ ਦੇ ਵਿੱਚ ਇਹਦੀ ਇੰਜਨ ਨੂੰ ਕੋਈ ਵੀ ਕੰਪਲੇਂਟ ਆਉਂਦੀ ਹੈਗੀ ਜੀ, ਉਹ ਆਪਾਂ ਫ੍ਰੀ ਆਫ ਕੋਸਟ ਕਰਕੇ ਦੇਵਾਂਗੇ ਤੁਹਾਨੂੰ, ਠੀਕ ਹੈ। ਜਿਹੜਾ ਜਾਨੀ ਜੇ ਸਮਾਨ ਪਿਆ? ਹਾਂਜੀ ਹਾਂਜੀ, ਉਹਦੇ ਉਹਦੀ ਲੇਬਰ ਵੀ ਫ੍ਰੀ ਆ, ਸਮਾਨ ਵੀ ਫ੍ਰੀ ਆ, ਸਮਾਨ ਵੀ ਫ੍ਰੀ, ਹਾਂਜੀ, ਜਿਹੜੀ ਚੀਜ਼ ਵਾਰੰਟੀ 'ਚ ਜਾਊਗੀ, ਠੀਕ ਹੈ। 5 ਸਾਲਾਂ ਦੀ? ਹਾਂਜੀ 5 ਸਾਲਾਂ ਦੀ। ਉਹ ਚਾਹੇ ਜਿੰਨਾ ਮਰਜ਼ੀ ਚੱਲਿਆ ਹੋਵੇ ਕਿ ਸੀਮਤ ਚੱਲਣਾ? ਨਹੀਂ ਨਹੀਂ, ਉਹਦਾ ਇਹ ਹੁੰਦਾ ਕਿ ਜੀ ਆਪਣੀਆਂ ਸਰਵਿਸਾਂ ਦਾ ਪ੍ਰੋਪਰ ਥਰੂ ਚੈਨਲ ਆਪਣੇ ਹੋਣੀਆਂ ਚਾਹੀਦੀਆਂ ਨੇ, ਠੀਕ ਆ। ਜਿਵੇਂ 5 ਸਰਵਿਸਾਂ? ਹਾਂਜੀ। ਤਾਂ 5 ਸਰਵਿਸਾਂ ਜਿਹੜੀਆਂ ਕਰਵਾਉਣੀਆਂ ਨੇ ਉਹਦਾ ਟਾਈਮ ਹੈਗਾ ਜੀ 1 ਸਾਲ ਦਾ। 1 ਸਾਲ ਦਾ, ਉਦੋਂ ਬਾਅਦ ਦੇ ਵਿੱਚ ਵੀ ਆਪਾਂ ਸਰਵਿਸ ਆ ਜਿਹੜੀ ਉਹ ਏਜੰਸੀ ਵਿੱਚ ਹੀ ਕੰਟੀਨਿਊ ਕਰਵਾਉਣੀ ਹੁੰਦੀ ਹੈ। 5 ਸਾਲ? ਹਾਂਜੀ ਹਾਂਜੀ 5 ਸਾਲ, ਠੀਕ ਆ। ਅਤੇ ਐਕਸਚੇਂਜ ਆਫਰ ਕੀ ਰੱਖਿਆ ਤੁਸੀਂ? ਐਕਸਚੇਂਜ ਆਫਰ ਇਹਦੇ ਵਿੱਚ ਆਪਾਂ 3100 ਦਾ ਦੇ ਦੇਵਾਂਗੇ ਜੀ। 3100 ਦਾ? ਚਾਹੇ ਵੀ ਆਪਣਾ ਪੁਰਾਣਾ ਮੋਟਰਸਾਈਕਲ 2-ਵੀਲਰ ਹੋਵੇ ਜੀ, ਠੀਕ ਆ, ਉਹਦਾ ਆਪਾਂ ਮਾਰਕੀਟ ਰੇਟ ਨਾ ਹੋਈ ਜੀ 3100 ਰੁਪਇਆ ਵੱਧ, ਹਾਂਜੀ ਘਟਣਾ। ਜਿਵੇਂ ਮੰਨ ਲਓ 27,000 ਦਾ ਮੋਟਰਸਾਈਕਲ ਆ ਮਾਰਕੀਟ ਰੇਟ, ਹਾਂਜੀ ਆਪਾਂ ਉਹ ਕੱਟਾਂਗੇ ਜੀ 30,100 ਰੁਪਏ ਦਾ, 100 ਦਾ ਕੱਟਣਾ, ਹਾਂਜੀ ਹਾਂਜੀ। ਇਹ ਜੇ ਨਾ ਕਟਾਉਣਾ ਹੋਵੇ ਅਗਲੇ ਨੇ ਫਿਰ ਮੋਟਰਸਾਈਕਲ ਜੋ ਕੱਟ ਦੇਵੋਗੇ? ਜੇ ਨਾ ਕਟਾਉਣਾ ਹੋਵੇ ਜੀ ਫਿਰ 5,000 ਰੁਪਏ ਡਾਊਨ ਪੇਮੈਂਟ ਹੈਗੀ ਜੀ, ਬਾਕੀ ਲੋਨ ਹੋ ਜੂਗਾ, ਠੀਕ ਆ। 3100 ਫਿਰ ਵੀ ਪਊਗਾ? ਨਹੀਂ ਨਹੀਂ ਫਿਰ ਨਹੀਂ, ਉਹ ਮੋਟਰਸਾਈਕਲ ਕਟਾਉਣ ਦੇ ਵਿੱਚ ਆਫਰ ਹੈ ਜੀ, ਠੀਕ ਆ। ਤੇ ਇਹਦੇ ਵਿਆਜ ਫਿਰ ਜੇ ਹੁਣ ਆਪਾਂ ਲੋਨ ਕਰਾਉਣੇ ਆਗੇ, ਹਾਂਜੀ, ਤੇ ਲੋਨ ਵੀ ਆਪਾਂ ਹੀ ਕਰੀ ਦਿੰਦੇ ਆ? ਹਾਂਜੀ ਹਾਂਜੀ ਆਪਾਂ ਹੀ ਕਰ ਦਿਆਂਗੇ ਲੋਨ ਆਪ ਹੀ, ਹਾਂਜੀ ਹਾਂਜੀ ਠੀਕ ਆ। ਸਾਡਾ ਕੰਪਨੀ ਨਾਲ ਹਟਾਈ ਆਪਾਂ ਗਏ ਜੀ ਗੱਲੀ ਗੱਲੀ ਨਾ, ਜਿਹੜਾ ਬੰਦਾ ਜਿਹੜੀ ਫੈਸਿਲਿਟੀ ਮੰਗਦਾ ਗਾ ਜੀ ਆਪਾਂ ਉਹੀ ਦਿੰਦੇ ਹਾਂ, ਠੀਕ ਆ। ਲੋਨ 'ਚ ਆਪਾਂ ਨੂੰ ਕੀ ਕੁਛ ਚਾਹੀਦਾ? ਲੋਨ 'ਚ ਆਪਾਂ ਨੂੰ ਆਧਾਰ ਕਾਰਡ ਪੈਨ ਕਾਰਡ ਜੀ, ਠੀਕ ਆ, 2 ਫੋਟੋਆਂ ਚਾਹੀਦੀਆਂ, ਠੀਕ ਆ। ਜੇ ਜਾਨੀ ਅਗਲੇ ਦਾ ਸਿਬਲ ਸਹੀ ਆ ਫਿਰ? ਹਾਂਜੀ ਸਿਬਲ ਦੇ ਵਿੱਚ ਵੀ ਇਹ ਹੈਗੀ ਜੀ, ਜਿਹੜੀ ਆਪਣੀ ਡਾਊਨ ਪੇਮੈਂਟ ਹੈਗੀ ਜੀ ਉਹ ਸਿਬਲ ਦੇ ਨਿਰਧਾਰਤ ਹੈ ਜੀ, ਠੀਕ ਹੈ। ਜਿਹੜੀ ਰੇਟ ਆਫ ਇੰਟਰਸਟ ਹੈਗਾ ਜਿਹੜੀ ਆਪਣੇ ਵਿਆਜ ਦਰ ਹੈਗੀ ਉਹ ਵੀ ਸਿਬਲ ਦੇ ਅਕੋਰਡਿੰਗ ਬਣਦੀ ਹੈ ਜੀ ਆਪਣੀ, ਠੀਕ ਹੈ। ਇਹ ਜਿਹੜਾ ਡੀਲਕਸ ਮਾਡਲ ਹੈ, ਹਾਂਜੀ, ਅਤੇ ਇਹ 'ਚ ਸੈਲਫ ਵੀ ਆਉਂਦਾ ਹੈਗਾ? ਹਾਂਜੀ ਡੀਲਕਸ ਦੇ ਵਿੱਚ 2 ਮਾਡਲ ਆਉਂਦੇ ਨੇ ਜੀ ਆਪਣੇ, ਠੀਕ ਹੈ, ਅਤੇ ਕੈਕ ਆਉਂਦਾ ਅਤੇ ਸੈਲਫ ਆਉਂਦਾ ਜੀ, ਠੀਕ ਹੈ। ਹਾਂਜੀ ਇਹ ਸਪਲੈਂਡਰ ਦਾ ਇਕੱਲਾ ਹੀ ਸੈਲਫ ਆਉਂਦਾ? ਹਾਂਜੀ ਸਪਲੈਂਡਰ ਸੈਲਫ ਹੀ ਆ, ਇਹ ਤਾਂ ਹੁਣ ਕਿੱਕ ਵਾਲਾ ਆਉਂਦਾ ਨਹੀਂ? ਨਹੀਂ ਸਪਲੈਂਡਰ 'ਚ ਕਿੱਕ ਨਹੀਂ ਆਉਂਦਾ ਜੀ। ਇਹਦੇ ਵਿੱਚ ਵੀ ਇਹੀ ਆਫਰ ਨੇਗੇ? ਹਾਂਜੀ ਹਾਂਜੀ ਸੇਮ ਹੈਗਾ ਜੀ, ਜਿਹੜਾ ਡੀਲਕਸ ਹੈਗਾ ਜੀ, ਹਾਂਜੀ, ਉਹਦੇ 'ਚ ਜਿਹੜਾ ਆਪਣਾ ਹੈਗਾ ਗਾ ਨਗਦ ਛੋਟ ਦੇ ਰਹੇ ਹਾਂ ਜਿਹੜਾ ਡਿਸਕਾਊਂਟ ਦੇ ਰਹੇ ਉਹ 3100 ਰੁਪਏ ਦਾ। ਅੱਛਾ ਉਹ 'ਤੇ ਵੀ? ਹਾਂਜੀ ਡੀਲਕਸ 'ਤੇ 3100, ਉਹਦੇ ਸਪਲੈਂਡਰ 'ਤੇ ਆਪਾਂ 2000 ਰੁਪਏ ਦਾ ਦੇ ਰਹੇ ਹਾਂ। ਅੱਛਾ ਸਪਲੈਂਡਰ 'ਤੇ 2000? ਹਾਂਜੀ ਠੀਕ ਆ। ਅੱਛਾ ਜਿਹੜਾ ਆਪਾਂ ਮਤਲਬ ਵਿਆਜ ਜਿਹੜਾ ਉਹ ਵਿਆਜ ਕਿੰਨਾ ਲਾਉਣੇ ਆਪਾਂ? ਵਿਆਜ ਆਪਾਂ 85 ਪੈਸੇ ਤੋਂ ਸ਼ੁਰੂ ਕਰਦੇ ਹਾਂ। ਸ਼ੁਰੂ ਕਰਦੇ ਹਾਂ? ਹਾਂਜੀ। ਜਿਹੜਾ ਤੁਸੀਂ ਇੱਕ ਲਿਖ ਕੇ ਲਾ ਦਿੰਦੇ ਹੋ ਵੀ 0%,
ਕੁਝ ਮਾਡਲਾਂ ਤੇ ਹੀ ਹੈਗੇ ਹਨ। ਹਾਂਜੀ, ਉਹ ਕੁਝ ਮਾਡਲਾਂ ਦੇ ਉੱਤੇ ਹੁੰਦਾ ਹੈ ਜੀ, 0% ਇਹ ਹੈ ਕਿ ਜੇ ਆਪਣਾ ਬਜਾਜ ਕਾਰਡ ਬਣਿਆ ਹੋਇਆ ਹੈ ਜੀ, ਬਜਾਜ ਕਾਰਡ ਤੇ 100% ਲੋਨ ਹੋ ਜਾਂਦਾ ਹੈ ਆਪਣਾ, ਠੀਕ ਹੈ, ਜੋ ਬਜਾਜ ਕਾਰਡ ਦਾ ਹੁੰਦਾ। 0% ਇਹ ਹੈ ਜੇ ਆਪਾਂ ਹਾਫ ਡਾਊਨ ਪੇਮੈਂਟ ਪਹਿਲਾਂ ਦਿੰਦੇ ਹੈਗੇ ਜੀ ਮੋਟਰਸਾਈਕਲ ਦੀ, ਹਾਫ ਰਹਿੰਦੀ ਰਕਮ ਦਾ ਆਪਣਾ ਕੋਈ ਵਿਆਜ ਨਹੀਂ ਲੈਂਦੇ ਹੈਗੇ। ਠੀਕ ਆ। ਹਾਂਜੀ, ਫਿਰ ਬਜਾਜ ਕਾਰਡ ਤਾਂ ਮੰਨ ਲਓ ਜੇ ਕਿਸੇ ਦਾ ਬਣਿਆ ਹੋਇਆ, ਉਹਦੀ ਤਾਂ ਆਪਾਂ ਪੇਮੈਂਟ ਹੀ ਚੱਕ ਕੇ ਇੱਧਰ ਕਰਾ ਲੈਣੀ ਆ। ਹਾਂਜੀ ਹਾਂਜੀ, ਉਹ 100% ਫੁੱਲ ਲੋਨ ਹੋ ਜਾਂਦਾ। ਤਕਰੀਬਨ 1-2 ਲੱਖ ਦੇ ਤਾਂ ਬਜਾਜ ਕਾਰਡ ਆਮ ਹੀ ਲੋਕਾਂ ਦੇ ਬਣਾਏ ਪਏ ਨੇ ਹੁਣ। ਹਾਂਜੀ, ਤੇ ਉਹਦਾ ਆਪਾਂ ਨੂੰ ਪੇਮੈਂਟ ਨਾਲ ਦੀ ਨਾਲ ਹੀ ਮਿਲ ਜੇ ਨਹੀਂ ਹੈਗੀ। ਠੀਕ, ਹਾਂਜੀ ਠੀਕ। ਤੇ ਹੋਰ ਡਾਊਨ ਪੇਮੈਂਟ ਕਿੰਨੀ ਭਰਨੀ ਹੈ ਜੇ ਆਪਾਂ ਮੋਟਰਸਾਈਕਲ ਤੇ ਲੋਨ ਕਰਾ ਕੇ ਲੈਣਾ? ਆਪਾਂ ਨੂੰ 99,99 ਰੁਪਏ ਚਾਹੀਦੇ। ਅੱਛਾ, 99,99 ਰੁਪਏ ਦਓ, ਮੋਟਰਸਾਈਕਲ ਕਰ ਲੈ ਜੀ। ਕਿਤੇ ਹੋਰ ਬੈਂਕ ਚ ਜਾਣ ਦੀ ਲੋੜ ਨਹੀਂ, ਕਿਤੇ ਜਾਣ ਦੀ ਲੋੜ ਕਿਤੇ ਨਹੀਂ, ਇੱਥੇ ਸਾਰਾ ਸਾਰਾ ਕੁਝ ਹੋ ਰਿਹਾ, ਲੋਨ ਇੱਥੇ ਕਰ ਦੋਗੇ? ਹਾਂਜੀ ਹਾਂਜੀ, ਠੀਕ ਆ। ਤੇ ਬਾਕੀ ਹੋਰ ਕੀ, ਇੱਕ ਤੇਲ ਦੀ ਟੈਂਕੀ ਕਹਿੰਦੇ ਸੀਗੇ। ਹਾਂਜੀ ਹਾਂਜੀ, ਤੇਲ ਦੀ ਟੈਂਕੀ ਫੁੱਲ ਕਰਾ ਕੇ ਦੇਵਾਂਗੇ ਫਿਰ। ਅੱਛਾ, ਜਿਹੜਾ ਮਰਜ਼ੀ ਜਿਹੜਾ ਮਰਜ਼ੀ ਮੋਟਰਸਾਈਕਲ ਹੋਵੇ, ਜਿਹੜਾ ਮਰਜ਼ੀ ਸਕੂਟਰ ਹੋਵੇ ਜੀ, ਤੇਲ ਦੀ ਟੈਂਕੀ ਫੁੱਲ ਤੇ ਨਾਲ ਦੀਵਾਲੀ ਦਾ ਗਿਫਟ ਜੀ। ਅੱਛਾ, ਸਕੂਟਰ ਤੇ ਵੀ ਇਹੀ ਸੁਵਿਧਾ ਨੇਗੀਆਂ? ਹਾਂਜੀ ਹਾਂਜੀ, ਸਕੂਟਰ ਤੇ ਵੀ ਇਹੀ ਸੁਵਿਧਾ ਨੇ। ਉਹ ਤੇ ਵੀ ਮੰਨ ਲਾ ਵੀ ਜਿਵੇਂ ਬਜਾਜ ਕਾਰਡ ਵਾਲੇ ਹੋ ਗਏ, ਸਰਵਿਸਾਂ ਹੋ ਗਈਆਂ, ਉਹ ਵੀ ਸੇਮ ਹੀ ਆ ਗਿਆ? ਹਾਂਜੀ, ਪਹਿਲਾਂ ਜਿਹੜੇ ਕਸਟਮਰ ਸੀ ਜੀ, ਉਹ ਸਾਡੇ ਲਈ ਤਕਰੀਬਨ ਆਉਂਦੇ ਸੀ ਬਜਾਜ ਕਾਰਡ ਵਾਲੇ, ਠੀਕ, ਅਸੀਂ ਬਜਾਜ ਕਾਰਡ ਤੇ ਲੋਨ ਲੈਣਾ, ਪਹਿਲਾਂ ਹੋ ਨਹੀਂ ਰਿਹਾ ਸੀ, ਪਰ ਹੁਣ ਆਪ ਸਾਡਾ ਕੰਪਨੀ ਨਾਲ ਟਾਈ ਅਪ ਹੋ ਗਿਆ ਜੀ, ਹੁਣ ਅਸੀਂ ਬਜਾਜ ਕਾਰਡ ਦੇ ਉੱਤੇ ਵੀ ਮੋਟਰਸਾਈਕਲ ਲੋਨ ਕਰਦੇ ਹਾਂ। ਠੀਕ ਆ, ਹਾਂਜੀ ਠੀਕ ਹੈ। ਇਹ ਵੀ ਸਕੂਟਰ ਦੀ ਕੀ ਐਵਰੇਜ ਹੈਗੀ? ਸਕੂਟਰ ਦੀ ਐਵਰੇਜ ਹੈਗੀ ਕਿ ਜੀ 65-70 ਦੀ ਜੀ। 65-70, ਹਾਂਜੀ, ਦੇਈ ਜਾਂਦਾ ਇੰਨੇ ਦੀ? ਦੇਈ ਜਾਂਦਾ ਜੀ ਆਰਾਮ ਨਾਲ। ਕੰਪਨੀ ਤਾਂ ਵੱਧ ਕਹਿੰਦੀ? ਕੰਪਨੀ ਦਾ ਜੀ 80-85 ਦੀ ਕਹਿੰਦੀ, ਜਿਹੜੀ ਨਿਕਲਦੀ ਉਹ 65-70 ਦੀ। ਠੀਕ ਆ, ਜਿਹੜੀ ਨਾ ਕਸਟਮਰ ਆਪਾਂ ਨੂੰ ਕੁਛ ਕਹੇ ਜੀ, ਜਿਹੜੀ ਸਾਨੂੰ ਕਸਟਮਰ ਆਪ ਆ ਕੇ ਦੱਸਦੇ ਨੇ ਵੀ 65-70 ਦੀ ਐਵਰੇਜ ਹੱਸ ਕੇ ਦੇ ਰਹੇ ਜੀ ਸਕੂਟਰ। ਐਕਟਿਵਾ ਨਾਲੋਂ ਤਾਂ ਬਹੁਤ ਵੱਧ ਆ? ਹਾਂਜੀ ਹਾਂਜੀ, ਐਕਟਿਵਾ ਨਾਲ ਵੱਧ ਹੈ ਜੀ, ਉਹ ਤਾਂ 35-40 ਦੀ ਦਿੰਦੇ ਸੀ। ਹਾਂਜੀ ਹਾਂਜੀ, ਉਹਨਾਂ ਨਾਲ ਤਾਂ ਵੱਧ ਹੈ ਜੀ। ਠੀਕ ਆ, ਆਪਣਾ ਕਿੰਨਾ ਕੁ ਸੁਧਾਰ ਹੋਇਆ ਹੋਂਡੇ ਵਾਲੇ ਨਾਲੋਂ ਆਪਣੇ ਮੋਟਰਸਾਈਕਲ ਦਾ? ਮੋਟਰਸਾਈਕਲ ਦਾ ਹੀ ਪਹਿਲਾਂ ਨਾਲ ਬਹੁਤ ਸੁਧਾਰ ਹੋ ਗਿਆ ਜੀ, ਇਹ ਮੰਨੋ ਵੀ 90% ਸੁਧਾਰ ਹੋ ਚੁੱਕੇ ਜੀ ਮੋਟਰਸਾਈਕਲ। ਠੀਕ ਆ, ਜਿਹੜੇ ਪਹਿਲਾਂ ਵਾਲੇ ਮੋਟਰਸਾਈਕਲਾਂ ਦੇ ਬ੍ਰੇਕ ਸੀ ਜੀ ਉਹ ਸਿੰਗਲ ਸੀ ਜੀ। ਹਾਂਜੀ, ਇਹਨਾਂ ਦੇ ਬ੍ਰੇਕ ਵੀ ਡਬਲ ਕਰਤੇ ਕੰਪਨੀ ਨੇ, ਕੰਬਾਈਨ ਬ੍ਰੇਕ ਕਰਤੇ ਜੀ। ਠੀਕ ਆ, ਜੇ ਆਪਾਂ ਮਗਰਲੇ ਬ੍ਰੇਕ ਲਾਉਣੇ ਆਗੇ ਤਾਂ 30% ਨਾਲ ਮੂਹਰਲੇ ਵੀ ਲੱਗਣਗੇ ਜੀ। ਅੱਛਾ, ਮੂਹਰਲੇ ਵੀ ਲੱਗਣਗੇ? ਹਾਂਜੀ ਹਾਂਜੀ, ਮੋਟਰਸਾਈਕਲ ਕੰਟਰੋਲ ਹੋ ਜਾਂਦਾ ਜੀ ਜ਼ਿਆਦਾ ਸਪੀਡ, ਚਾਹੇ ਆਪਾਂ ਹੱਥ ਵਾਲੇ ਲਾਈਏ ਤਾਂ ਵੀ ਪਿਸਲੇ ਲੱਗਣਗੇ ਜੀ। ਜੇ ਆਪਾਂ ਪੈਰਾਂ ਵਾਲਾ ਲਾਵਾਂਗੇ ਤਾਂ ਮੂਹਰ ਤਾਂ ਵੀ ਮੂਹਰਲੇ ਲੱਗਣਗੇ, ਮੂਹਰਲੇ ਲੱਗਣਗੇ। ਠੀਕ ਆ, ਹੋਰ ਕੀ ਖੂਬੀਆਂ ਪਾਈਆਂ ਨੇ ਮੋਟਰਸਾਈਕਲ 'ਚ? ਖੂਬੀਆਂ ਇਹਦੇ ਵਿੱਚ ਪਾਈ ਨੇ, ਸਾਈਡ ਸਟੈਂਡ ਵਾਲਾ ਸੈਂਸਰ ਤੁਹਾਨੂੰ ਦੱਸ ਹੀ ਦਿੱਤਾ ਜੀ ਪਹਿਲਾਂ, ਗੇਅਰ ਪਾਵਾਂਗੇ ਬੰਦ। ਠੀਕ ਹੈ ਜੀ, ਇੰਜਨ ਦੇ ਵਿੱਚ ਸੈਂਸਰ ਲੱਗ ਗਿਆ ਜੀ ਇਹਦੇ। ਠੀਕ ਆ, ਜੇ ਮੋਟਰਸਾਈਕਲ ਚੱਲਦਾ ਬਾਈ ਚਾਂਸ ਜ਼ਿਆਦਾ ਟੇਢਾ ਹੁੰਦਾ ਗਾ, ਮੀਨਜ਼ ਡਿੱਗਦਾ ਗਾ ਜੀ, ਹਾਂਜੀ, ਆਟੋਮੈਟਿਕ ਇੰਜਨ ਨੇ ਬੰਦ ਹੋ ਜਾਣਾ ਜੀ ਮੋਟਰਸਾਈਕਲ, ਨਹੀਂ ਪਹਿਲਾਂ ਡਿੱਗਦਾ ਸੀ ਮੋਟਰਸਾਈਕਲ ਚੱਲਦਾ, ਸੱਟ ਮਾਰਦਾ ਸੀ, ਸੱਟ ਮਾਰਦਾ ਸੀ। ਠੀਕ ਹੈ, ਹੁਣ ਮੀਂਜ ਜਾਂਦਾ ਵਾਲੇ ਨਾਲ ਜੇ ਐਕਸੀਡੈਂਟ ਹੋ ਗਿਆ, ਕਈ ਵਾਰ ਰੇਸ ਵੱਜ ਜਾਂਦੀ, ਉਹ ਘੁੰਮਣੀ ਇੱਕ ਸੱਟ ਵੱਜਦੀ ਕਾਲੇ ਦਾਲੇ ਗੇੜੇ ਦੇਈ ਜਾਂਦਾ। ਅੱਛਾ, ਇਹ ਆਟੋਮੈਟਿਕ ਨੇ ਬੰਦ ਹੋ ਜਾਣਾ ਜੀ? ਠੀਕ ਆ, ਜਦੋਂ ਜ਼ਿਆਦਾ ਟੇਢਾ ਹੋ ਗਿਆ 45°, 40°, ਇਹਦਾ ਕੰਪਨੀ ਨੇ ਐਂਗਲ ਸੈੱਟ ਕੀਤਾ ਹੋਇਆ ਜੀ। ਠੀਕ ਆ, ਜਦੋਂ ਮੋਟਰਸਾਈਕਲ ਟੇਢਾ ਹੋ ਗਿਆ ਨੇ ਨਾਲ ਦੀ ਨਾਲ ਬੰਦ ਹੋ ਜਾਣਾ ਜੀ। ਠੀਕ ਆ, ਹਾਂਜੀ, ਤੇ ਜੇ ਹੁਣ ਮੰਨ ਲਓ ਮੇਰੇ ਕੋਲ ਸਪਲੈਂਡਰ ਮੋਟਰਸਾਈਕਲ ਕੋਈ ਵੀ ਬਜਾਜ ਮੋਟਰਸਾਈਕਲ ਆ, ਉਹ ਆਪਾਂ ਵਿੱਚ ਕੱਟ ਲੈਂਦੇ? ਹਾਂਜੀ, ਕੱਟ ਲਾਂਗੇ ਜੀ। ਠੀਕ ਹੈ, ਉਹਦਾ ਜਾਣੀ ਜਿਹੜਾ ਵੀ ਜੋ ਵੀ ਮਾਰਕੀਟ ਰੇਟ ਹੋਊਗਾ, ਮਾਰਕੀਟ ਰੇਟ ਹੈ ਜੀ, ਉਹਦੇ ਨਾਲੋਂ 3100 ਰੁਪਇਆ ਵੱਧ ਲਵਾਂਗੇ। ਵੱਧ ਲਵਾਂਗੇ? ਹਾਂਜੀ ਹਾਂਜੀ। ਠੀਕ ਆ, ਤੇ ਹੋਰ ਕੋਈ ਗੱਲਬਾਤ ਜਿਹੜੀ ਇਹ ਡੀਲਕਸ ਹੈ, ਇਹਦੀ ਐਵਰੇਜ ਕਿੰਨੇ ਕੁ ਦੀ ਆ? ਜਿਹੜਾ ਡੀਲਕਸ ਹੈਗਾ ਜੀ, ਐਵਰੇਜ ਇਹਦੀ ਹੈਗੀ ਘੱਟੋ ਘੱਟ 80-85 ਦੀ ਐਵਰੇਜ ਜਿਹੜੀ ਨਿਕਲ ਰਹੀ ਹੈ। ਠੀਕ ਆ, ਕੰਪਨੀ ਜ਼ਿਆਦਾ ਕਹਿ ਰਹੀ ਹੈ, ਬਟ 80-85 ਦੀ ਐਵਰੇਜ ਮੋਟਰਸਾਈਕਲ ਦੇ ਰਹੇ ਨੇ।
ਠੀਕ ਹੈ, ਜਿਹੜੀਆਂ ਇਹ ਆਪਾਂ ਨੂੰ ਆਫਰਾਂ ਨੇ ਇਹ ਦੀਵਾਲੀ ਤੱਕ ਹੀ ਨੇ? ਹਾਂਜੀ ਹਾਂਜੀ ਇਹ ਦੀਵਾਲੀ ਤੱਕ ਨੇ। ਉਦੋਂ ਬਾਅਦ ਤਾਂ ਜੋ ਕੋਈ ਜੋ ਹੋਊਗੀ ਨਵੇਂ ਨਵੇਂ ਦੇ ਲਾਗੂ ਚੱਲੂਗਾ, ਯਾਨੀ ਦੀਵਾਲੀ ਤੱਕ ਇਹ ਆਫਰਾਂ। ਪੈਟਰੋਲ ਦੀ ਟੈਂਕੀ ਤੇ ਪਲੱਸ ਨਾਲ ਇੱਕ ਗਿਫਟ। ਇਹ ਤੁਸੀਂ ਜਿਹੜਾ ਬਜਾਜ ਕਾਰਡ ਵਾਲਾ ਦੱਸਦੇ ਸੀ ਉਹ ਤਾਂ ਬਹੁਤ ਥੋੜੀ ਪੇਮੈਂਟ ਨਾਲ ਹੀ ਦੇ ਰਹੇ ਹੋਗੇ। ਉਹ ਤਾਂ ਆਲਮੋਸਟ ਸਾਰੀ ਲੋਨ ਹੋ ਜਾਂਦਾ ਜੀ, ਉਹ ਤਾਂ ਪੇਮੈਂਟ ਦੇਣ ਦੀ ਵੀ ਲੋੜ ਨਹੀਂ ਪੈਂਦੀ ਜੀ। ਠੀਕ ਆ। ਉਹ ਵੀਰਾ ਦੱਸਦਾ ਸੀ 101 ਰੁਪਏ ਦੇ ਕੇ ਲੈ ਜਾਓ ਕਹਿੰਦੇ। ਹਾਂਜੀ 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 ਉਹ 101 ਰੁਪਏ ਤੇ ਵੀ ਹੋ ਜਾਂਦਾ। ਫਿਰ ਤਾਂ ਯਾਨੀ ਕੁਛ ਨਹੀਂ ਪਾ ਕੇ ਲਿਆਉਣ ਦੀ ਲੋੜ। ਨਾ ਨਾ ਜੀ, ਲੱਡੂਆਂ ਦਾ ਡੱਬਾ ਲੈ ਕੇ ਆਓ, ਲੱਡੂਆਂ ਦਾ ਡੱਬਾ ਲਿਓ, ਮੋਟਰਸਾਈਕਲ ਲੈ ਜਾਓ। ਹਾਂਜੀ ਦੀਵਾਲੀ ਮਨਾਓ। ਹਾਂਜੀ ਠੀਕ ਆ। ਜਿਹੜਾ 5000 ਪਹਿਲਾਂ ਭਰਨਾ ਚਾਹੇ ਉਹਦੇ ਪੜਾਕੇ ਲੈ ਜਾਓ। ਹਾਂਜੀ ਹਾਂਜੀ ਠੀਕ ਆ। ਇਹ ਆਫਰ ਪੜਾਕਿਆਂ ਦੀ ਕਰਤੀ ਤੁਸੀਂ ਨਾਲ, ਜਿਹੜਾ 5000 ਭਰਨਾ ਸੀ ਉਹਦੀ ਭਰਨ ਦੀ ਲੋੜ ਨੀ, ਉਹਦੇ ਮੰਨ ਲਓ ਵੀ ਚਾਹੇ ਜਾਂਦਾ ਪੜਾਕੇ ਲੈ ਜਾ, ਮੋਟਰਸਾਈਕਲ ਦੀ ਖੁਸ਼ੀ ਜੀ ਚਲਾ ਦੇ। ਹਾਂਜੀ ਠੀਕ ਠੀਕ। ਤੇ ਕਿੰਨੀ ਕੁ ਸੇਲ ਹੋ ਜਾਂਦੀ ਆ, ਕਿੰਨੇ ਕੁ ਮੋਟਰਸਾਈਕਲ, ਜ਼ਿਆਦਾਤਰ ਮੋਟਰਸਾਈਕਲ ਕਿਹੜਾ ਜ਼ਿਆਦਾ ਵਿਕਦਾ? ਜ਼ਿਆਦਾਤਰ ਮੋਟਰਸਾਈਕਲ ਡੀਲਕਸ ਅਤੇ ਸਪਲੈਂਡਰ ਦੋਨੇ ਵਿਕਦੇ। ਇੱਕੋ ਜਿੱਕੀ ਵਿਕਦੇ? ਹਾਂਜੀ ਇੱਕੋ ਜਿੱਕੀ ਵਿਕਦੇ। ਸਪਲੈਂਡਰ ਦੀ ਥੋੜ੍ਹੀ ਜ਼ਿਆਦਾ ਮਾਰਕੀਟ ਚੱਲ ਰਹੀ ਹੈਗੀ ਜੀ। ਠੀਕ ਆ। ਜੈੱਡ ਬਲੈਕ ਜਿਹੜੇ ਮੁੰਡੇ ਖੁੰਡੇ ਜ਼ਿਆਦਾ ਲੈਂਦੇ, ਜ਼ਿਆਦਾ ਲੈਂਦੇ। ਹਾਂਜੀ ਬਟ ਡੀਲਕਸ ਵੀ ਉਨੇ ਹੀ ਵਿਕ ਰਹੇ, ਉਨਾ ਹੀ ਵਿਕ। ਹਾਂਜੀ ਠੀਕ ਆ। ਮੋਟਰਸਾਈਕਲ ਦਾ ਇਹਨਾਂ ਦਾ ਜਿਹੜਾ ਹੈਗਾ ਜੀ, ਇਹ ਨਹੀਂ ਹੈਗਾ ਜੀ ਵੀ ਅੱਜ ਲੈ ਲਿਆ ਆਪਾਂ ਕੱਲ ਨੂੰ ਆਪਾਂ ਨੂੰ ਰੇਟ ਨਹੀਂ ਮਿਲਣਾ ਜੀ ਮਾਰਕੀਟ। ਠੀਕ ਆ। ਬਾਈ ਚਾਂਸ ਆਪਾਂ ਨੂੰ ਕੱਲ ਨੂੰ ਕੋਈ ਐਮਰਜੈਂਸੀ ਵੀ ਪੈਂਦੀ ਆ, ਆਪਾਂ ਵੇਚਣਾ ਮੋਟਰਸਾਈਕਲ, ਪੈਸੇ ਨਹੀਂ ਦੇਣਾ, ਪੂਰਾ ਮੋਟਰਸਾਈਕਲ ਆਪਾਂ ਨੂੰ ਮੁੱਲ ਮੋੜ ਕੇ ਜਾਂਦੇ ਨੇ। ਜਾਨੀ ਤੁਸੀਂ ਇਹ ਮੰਨ ਲਓ ਵੀ ਸੋਨਾ ਲੈ ਲਿਆ। ਹਾਂਜੀ ਹਾਂਜੀ ਵੀ ਸੋਨਾ ਲੈ ਕੇ ਘਰੇ ਰੱਖ ਲਿਆ, ਜਦੋਂ ਜੀ ਕਰਦਾ ਉਹਦੀ ਚਾਹੇ ਸੇਲ ਕਰ ਲਓ। ਹਾਂਜੀ ਹਾਂਜੀ ਇਹ ਤਾਂ ਗੱਲ ਜ਼ਰੂਰੀ ਹੈ। ਇਹ ਤਾਂ ਪਹਿਲਾਂ ਤੋਂ ਹੀ ਹੀਰੋ ਦੀ ਤਾਂ ਪਹਿਲਾਂ ਤੋਂ ਇਹ ਚੀਜ਼ ਦੀ ਮਾਰਕੀਟ ਆ ਵੀ ਜਦੋਂ ਵੇਚਣ ਦਾ ਨਾਂ ਲਈਏ ਵੇਚ ਇਹਨੇ ਫੱਟ ਜਾਣਾ। ਹਾਂਜੀ ਹਾਂਜੀ ਠੀਕ ਆ। ਗਵਾਂਢੀ ਅੱਖ ਰੱਖਦਾ ਹੁੰਦਾ ਵੀ ਜੇ ਵੇਚਣਾ ਹੋਵੇ ਤਾਂ ਮੈਨੂੰ ਦੱਸਿਓ। ਠੀਕ ਆ। ਆਪਾਂ ਵੀ ਮੰਨ ਲਓ ਆਪਣੇ ਕੋਲ ਵੀ ਸਪਲੈਂਡਰ ਹੀ ਹੈਗਾ ਅਤੇ ਇਹ ਸੁਖਰਾਜ ਬੋਲਟ ਨੇ ਉਹਨੂੰ ਕਹਿੰਦਾ ਸੀ, ਮੈਨੂੰ 5-4 ਬੰਦਿਆਂ ਦਾ ਪਿੰਡ 'ਚ ਕਿਹਾ ਵੀ ਜੇ ਇੱਦਣੇ ਮੋਟਰਸਾਈਕਲ ਵੇਚਣਾ ਹੋਇਆ ਮੈਨੂੰ ਦੱਸ ਕੇ ਦੇ, ਕਿਉਂਕਿ ਅਗਲਾ ਕਹਿੰਦਾ ਯਾਰ ਘੱਟ ਚੱਲਿਆ, ਵਧੀਆ ਸਾਫ਼ ਸੁਥਰਾ ਸੋਹਣਾ ਲੱਗਦਾ ਹੈ ਨਾ ਮੋਟਰਸਾਈਕਲ, ਅਤੇ ਉਹ ਚੀਜ਼ ਆ। ਅਤੇ ਸਰਵਿਸ ਫਿਰ ਆਪਣੇ ਪਿੱਛੇ ਕਾ ਇੱਥੇ ਕਰਦੇ ਆਪਣੇ ਲਈ ਮਕੈਨਿਕ ਨੇ ਜੀ, ਪ੍ਰੋਪਰ ਇਹਨਾਂ ਦੀਆਂ ਟ੍ਰੇਨਿੰਗਾਂ ਹੋਈਆਂ ਹੋਈਆਂ ਨੇ। ਠੀਕ ਆ। ਅਤੇ ਇਹੀ ਮੁੰਡੇ ਸਰਵਿਸ ਕਰਦੇ। ਠੀਕ ਆ। ਜਦੋਂ ਹੁਣ ਮੰਨ ਲਓ ਵੀ ਬਲਜੀਤ ਇੱਕ ਗੱਲ ਆ ਵੀ ਵਾਰੰਟੀ ਆ ਜਿਹੜੀ 5 ਸਾਲ ਲਾਂਗੇ, ਹਾਂਜੀ ਕੱਲ ਨੂੰ ਕਿਤੇ ਇਹ ਤਾਂ ਨਹੀਂ ਹੋਊ ਯਾਰ ਵੀ ਨਹੀਂ ਅਸੀਂ ਤਾਂ ਕੋਈ ਗੱਲ ਇਹੀ ਜਿਹੀ ਉਹ ਕਰੀ ਨਹੀਂ ਗੀ, ਇਹ ਲਿਖਤੀ ਰੂਪ ਦਿੰਦੇ ਆਪਾਂ ਕਾਰਡ ਦਿੰਦੇ ਹਾਂ ਵੀ 5 ਸਾਲ ਦੀ ਵਾਰੰਟੀ ਦਾ। ਜਿਹੜੀ 5 ਸਾਲ ਦੀ ਗਾਰੰਟੀ ਜਦੋਂ ਦਾ ਇਹਦਾ ਮੋਟਰਸਾਈਕਲ ਦਾ ਬਿੱਲ ਕੱਟ ਗਿਆ ਜੀ, ਹਾਂਜੀ ਇਹ ਆਨਲਾਈਨ ਆ ਵੀ ਅਸੀਂ ਆਨਲਾਈਨ, ਹਾਂਜੀ ਵੀ ਇਹ 'ਚ ਨਾ ਤੂੰ ਨਾ ਮੈਂ ਕਰ ਨਹੀਂ ਸਕਦੇ। ਇਹਦਾ ਇਹ ਨਹੀਂ ਹੈਗਾ ਜੀ ਜੇ ਆਪਾਂ ਅੱਜ ਮੋਟਰਸਾਈਕਲ ਉਰੋਂ ਲੈ ਲਿਆ, ਕੱਲ ਨੂੰ ਆਪਾਂ ਸਰਵਿਸ ਕਰਾਉਣ ਵੀ ਸਾਡੇ ਲਈ ਆਉਣਾ ਪਊ ਹੀਰੋ ਦੀ ਕਿਸੇ ਵੀ ਕੰਪਨੀ ਆਪਣੀ ਏਜੰਸੀ ਦੇ ਵਿੱਚ ਜੀ ਤੁਸੀਂ, ਹਾਂਜੀ ਤੋ ਚਾਹੇ ਬਰਨਾਲਾ ਹੋਵੇ, ਧੂਰੀ ਹੋਵੇ, ਮਰੇਕੋਟਲਾ ਹੋਵੇ, ਸੰਗਰੂਰ ਹੋਵੇ, ਕਿਸੇ ਵੀ ਏਜੰਸੀ ਦੇ ਵਿੱਚ ਜਾ ਕੇ ਆਪਾਂ ਹੀਰੋ ਦੀ 'ਚ ਸਰਵਿਸ ਕਰਵਾ ਸਕਦੇ ਹਾਂਜੀ। ਇਹਦਾ ਰਿਕਾਰਡ ਵੀ ਆਨਲਾਈਨ ਚੜੂਗਾ ਜੀ ਬਕਾਇਦਾ ਆਪਣਾ, ਜਿਵੇਂ ਹੁਣ ਆਪਾਂ ਮੰਨ ਲਓ ਮੋਟਰਸਾਈਕਲ ਇੱਥੋਂ ਲੈ ਲਿਆ, ਹਾਂਜੀ ਆਪਾਂ ਮੈਂ ਧੂਰੀ ਗਿਆ ਹੋਇਆ, ਹਾਂਜੀ ਮੇਰੇ ਮੋਟਰਸਾਈਕਲ ਦੀ ਸਰਵਿਸ ਹੋਣ ਵਾਲੀ ਆ, ਮੈਂ ਉੱਥੋਂ ਆਪਣੇ ਹੀਰੋ ਵਾਲੇ ਦੇ ਕਰਾ ਲਈ, ਤੁਸੀਂ ਧੂਰੀ ਤੋਂ ਕਰਵਾ ਸਕਦੇ ਜੀ, ਉਹਦਾ ਹੀਰੋ ਏਜੰਸੀ ਹੋਣੀ ਚਾਹੀਦੀ, ਏਜੰਸੀ ਹੀਰੋ 'ਚ ਹੋਣੀ ਚਾਹੀਦੀ ਆ। ਠੀਕ ਆ। ਫਿਰ ਜੇ ਹੁਣ ਮੰਨ ਲਓ ਬਾਹਰ ਕਰਾ ਲਈ ਕੰਪਨੀ 'ਚ ਰਿਕਾਰਡ ਨਾ ਬੋਲਿਆ, ਫਿਰ ਕੋਈ ਵਾਰੰਟੀ ਨਹੀਂ? ਫਿਰ ਨਹੀਂ ਹੁੰਦੀ, ਫਿਰ ਉਹਦੇ 'ਚ ਦਿੱਕਤ ਆਉਂਦੀ ਹੈ ਕਿ ਜੀ ਕਰਵਾ ਆਪਾਂ ਫਿਰ ਵੀ ਲੈਂਦੇ ਥੋੜ੍ਹਾ ਮੋਟਾ, ਠੀਕ ਆ, ਉਹਦੇ ਪ੍ਰੋਪਰ ਨਹੀਂ ਹੁੰਦੀ ਜੀ, ਉਹ ਗੱਲ ਹੀ ਨਹੀਂ ਜਾਨੀ ਬਣਦੀ ਹੈਗੀ। ਅਗਲਾ ਕਹਿੰਦਾ ਯਾਰ ਵੀ ਮੁੜ ਕੇ, ਹਾਂਜੀ ਵਾਰੰਟੀ ਵਾਲਾ ਕਹਿੰਦਾ ਖਾਨੀ ਯਾਰ ਪੈਸੇ ਦੇਣੇ ਹੋਏ ਤਾਂ ਨਹੀਂ ਇਹ ਏਜੰਸੀ ਬੜਿਆ, ਮੁੜ ਕੇ ਬਹੁਤ ਗੱਲਾਂ ਹੋ ਜਾਂਦੀਆਂ ਨੇ ਇਹੀ ਦੀਆਂ, ਤੇ ਜਿਹੜੀ ਮਰਜ਼ੀ ਜਿੱਥੋਂ ਮਰਜ਼ੀ ਕਰਾ ਲਓ ਉਹ ਕੋਈ ਉਹ ਨਹੀਂ ਹੈ। ਠੀਕ ਆ। ਤੇ ਹੋਰ ਕੋਈ ਗੱਲਬਾਤ ਆ?
ਨਹੀਂ ਹੋਰ ਤਾਂ ਬਸ ਤੁਸੀਂ ਦੱਸੋ ਜੀ ਆਪਣਾ ਠੀਕ ਹੈ। ਬਸ ਵਧੀਆ, ਸਾਨੂੰ ਦਿੱਤਾ ਸੀ ਮੋਟਰਸਾਈਕਲ ਦਾ 2 ਸਾਲ ਹੋ ਗਏ, ਬਹੁਤ ਵਧੀਆ ਚੱਲਦਾ ਗਾ। ਹਾਂਜੀ, ਅਤੇ ਕਦੇ ਰਿਜ਼ਲਟ ਤਾਂ ਅਸੀਂ ਕਸਟਮਰਾਂ ਤੋਂ ਵੀ ਪੁੱਛਦੇ ਹਾਂ ਅਤੇ ਬਹੁਤ ਵਧੀਆ ਰਿਜ਼ਲਟ ਆ ਰਿਹਾ ਜੀ। ਕਦੇ ਕੋਈ ਦਿੱਕਤ ਨਹੀਂ ਆਈ ਵਿੱਚ? ਅਗਲਾ ਕਹਿੰਦਾ ਯਾਰ ਹੈ ਨਾ, ਪਹਿਲਾਂ ਜਦੋਂ ਮੈਂ ਲਿਆ ਸੀ ਆ ਮੋਟਰਸਾਈਕਲ, ਜਿਹੜੀ ਆਪਾਂ ਗੱਲ ਸੈਂਸਰ ਵਾਲੀ ਕਰੀ ਆ ਵੀ ਇਹਦਾ ਅਤੇ ਸਟੈਂਡ ਲਾ ਲਿਆ, ਗੇਅਰ ਪਾ ਲਿਆ, ਬੰਦ ਹੋ ਗਿਆ ਅਤੇ ਕੱਢ ਕੇ ਆਪਾਂ ਗੱਲਾਂ ਮਾਰਨ ਲੱਗ ਗਏ, ਗੇਅਰ ਕੱਢਿਆ ਖੜ ਗਏ ਗੱਲਾਂ ਮਾਰਨ ਲੱਗ ਗਏ, ਉਹ ਬੰਦ ਹੋ ਗਿਆ। ਮੈਨੂੰ ਉਹ ਵਿੱਚ ਲੋਕ ਇਹੀ ਕਹਿੰਦੇ ਹੁੰਦੇ ਸੀ ਜਿਹਨਾਂ ਕੋਲ ਮੰਨ ਲਓ ਕੰਪਨੀ ਹੋਰ ਦਾ ਜਾਂ ਬੋਲਟ ਆ ਜਾਂ ਕੋਈ ਹੋਰ, ਅਗਲਾ ਕਹਿੰਦਾ ਯਾਰ ਇਹ ਤਾਂ ਤੇਰੇ 1-2 ਮਹੀਨੇ ਚੱਲੂਗਾ ਵੀ ਇਹ ਜਿਹੜਾ ਤੇਰਾ ਬੰਦ ਹੋਣ ਵਾਲਾ ਇਹ ਹੁਣੋਂ ਹਟ ਜੂਗਾ। ਆਪਣੇ ਮੋਟਰਸਾਈਕਲ ਨੂੰ 2.5 ਸਾਲ ਹੋ ਚੱਲੇ ਲਈ, ਤਿੰਨ ਪ੍ਰੋਪਰੀ ਸਟੈਂਡ ਚੱਕੇ, ਸਟੈਂਡ ਲੱਗੇ ਤੋਂ ਗੇਅਰ ਪਾ ਲਈਏ ਬੰਦ ਹੁੰਦਾ, ਨਿਊਟਰਲ ਕਰਕੇ ਖੜ ਜੀ ਗੱਲਾਂ ਕਰਨ ਲੱਗ ਜੀ, ਪਰ ਉਹ ਸੋਚਾਉਣ ਚਾਹੀਦੀ ਆ। ਹਾਂਜੀ, ਜਿਹੜੀ ਉਹ ਵੀ ਸੋਚ ਤਾਂ ਦਿੱਤੀ ਗਈ ਹੈ ਬਾਈ ਚਾਂਸ ਆਪਾਂ ਕਈ ਵਾਰ ਮੋਟਰਸਾਈਕਲ ਨੂੰ ਸਵੇਰੇ ਗਰਮ ਕਰਦੇ ਹੁੰਦੇ ਆ, ਹਾਂਜੀ, ਉਦੋਂ ਬੰਦ ਹੋਣ ਲੱਗ ਜਾਂਦਾ ਜੇ ਨਾ ਸੋਚ ਦਿੱਤੀ ਹੁੰਦੀ। ਠੀਕ ਆ, ਹਾਂਜੀ, ਉਹ ਸੋਚ ਦੀ ਆਪਸ਼ਨ ਵੀ ਤਾਂ ਹੀ ਦਿੱਤੀ। ਹਾਂ, ਉਹ ਸੋਚ ਲੱਗੀ ਹੋਵੇ ਤਾਂ ਉਹੀ ਆ, ਉਹੀ ਸੈਂਸਰ ਨੇ ਬੰਦ ਕਰ ਦੇਣਾ। ਹਾਂਜੀ, ਜੇ ਆਪਾਂ ਉਹ ਸੋਚ ਬੰਦ ਕਰ ਦਾਂਗੇ ਫਿਰ ਮੋਟਰਸਾਈਕਲ ਬੰਦ ਨਹੀਂ ਹੋਊਗਾ, ਫਿਰ ਚੱਲਦਾ ਰਹਿੰਦਾ ਗਾ। ਅਤੇ ਬਾਕੀ ਪ੍ਰੋਪਰ ਉਹ ਬੰਦ ਹੁੰਦਾ ਗਾ, ਪ੍ਰੋਪਰੀ ਸਟੈਂਡ ਲੱਗੇ ਤੋਂ ਗੇਅਰ ਪਾਉਣਿਆ ਤਾਂ ਫਿਰ ਵੀ ਬੰਦ ਹੁੰਦਾ ਗਾ। ਯਾਨੀ ਇਹ ਨਹੀਂ ਹੈਗਾ ਵੀ ਗੱਲਾਂ ਕਹਿ ਜੇ ਦਿੱਤੀਆਂ ਵੀ ਉਦੋਂ ਤਾਂ ਮੋਟਰਸਾਈਕਲ ਵੇਚਣ ਵੇਲੇ ਕਹਿ ਦਿੱਤੀਆਂ ਵੀ ਇਹ ਆਹ ਚੀਜ਼ ਲਾਤੀ, ਪਰ ਨਹੀਂ, ਉਹ 2.5 ਸਾਲ ਹੋ ਗਏ, 2.5 ਸਾਲਾਂ 'ਚ ਉਵੇਂ ਹੀ ਚੱਲਦਾ ਹਜੇ ਤਾਂ। ਫਿਰ ਮੁੰਡੇ ਮੁੰਡੇ ਖਰੀਦਦੇ ਹੋਣਗੇ ਜ਼ਿਆਦਾਤਰ ਤਾਂ। ਜਿਹੜਾ ਜ਼ੈਡ ਬਲੈਕ ਹੈਗਾ ਜੀ, ਉਹ ਬੁਲਟ ਤੋਂ ਨੀਚੇ ਵਾਲਾ ਮੋਟਰਸਾਈਕਲ ਆ ਜਾਂਦਾ ਜੀ। ਠੀਕ ਆ, ਜਿਹੜਾ ਬੰਦਾ ਬੁਲਟ ਨਹੀਂ ਲੈ ਸਕਦਾ ਗਾ ਜੀ, ਬੁਲਟ ਦੀ ਕੋਸਟ ਤੁਹਾਨੂੰ ਪਤਾ ਹੀ ਜ਼ਿਆਦਾ ਜੀ, ਜ਼ਿਆਦਾ ਆ। ਹਾਂਜੀ, ਬੁਲਟ ਤੋਂ ਜਿਹੜਾ ਨੀਚੇ ਵਾਲਾ ਮੋਟਰਸਾਈਕਲ ਉਹ ਜ਼ੈਡ ਬਲੈਕ ਆ ਜਾਂਦਾ ਜੀ। ਠੀਕ ਆ, ਜਿਹੜੇ ਮੁੰਡੇ ਕੋਲਜੀਏਟ ਨੇ ਜੀ, +2 ਵਾਲੇ ਨੇ, ਹੋਰ ਨੇ ਜੀ, ਹਾਂਜੀ, ਉਹਨਾਂ ਦੀ ਮੋਸਟਲੀ ਪਸੰਦ ਹੈਗੀ ਜੋ ਜ਼ੈਡ ਬਲੈਕ ਹੀ ਹੈਗੀ। ਠੀਕ ਆ, ਦੇਖਦੇ ਸਾਰੀ ਵਧੀਆ ਨੇ ਜੀ, ਜ਼ੈਡ ਬਲੈਕ ਮੁੰਡੇ ਖੁੰਡੇ ਕਰਕੇ ਥੋੜ੍ਹਾ ਜ਼ਿਆਦਾ ਚੱਲ ਰਿਹਾ ਗਾ ਜੀ। ਜਿਹੜੇ ਆਪਣੇ ਵਰਗੇ ਆ ਗਏ ਉਹ ਤਾਂ, ਹਾਂਜੀ, ਉਹ ਆਪਣੀ ਚੋਇਸ ਆ ਗਈ ਵੀ ਆਪਾਂ ਡੀਲਕਸ ਲੈਣਾ ਜਾਂ ਸਪਲੈਂਡਰ, ਜਿਹੜਾ ਆਪਾਂ ਨੂੰ ਵਧੀਆ ਲੱਗਦਾ, ਬੇਕ ਸਾਰੀ ਵਧੀਆ ਰਹੇ, ਸਾਰੀ ਵਧੀਆ ਚੱਲ ਰਹੀ। ਠੀਕ ਆ, ਬਾਕੀ ਤਾਂ ਮੋਟਰਸਾਈਕਲ 'ਚ ਕੋਈ ਘਾਟ ਤਾਂ ਕਿਸੇ ਪਾਸਿਓਂ ਹੈ ਨਹੀਂ, ਹੈ ਨਾ? ਘਾਟ ਤਾਂ ਹੈ ਨਹੀਂ ਜੀ, ਬਸ ਇੰਪਰੂਵ ਹੀ ਕੀਤਾ ਜੀ ਕੰਪਨੀ ਦੇ ਨਾਲ। ਬਲਜੀਤ, ਜਿਵੇਂ ਕਿਸੇ ਆਪਣੇ ਕਸਟਮਰ ਨੇ, ਸਾਡੀਆਂ ਵੀਡੀਓ ਬਹੁਤ ਦੂਰ ਤੱਕ ਜਾਂਦੀਆਂ ਨੇ, ਹੈ ਨਾ, ਕਿਤੇ ਕੋਈ ਕੋਈ ਰੇਟ ਦਾ ਫਰਕ ਵੀ ਪੈ ਸਕਦਾ, ਕਿਤੇ ਕੋਈ ਗੱਲਬਾਤ ਕਰਨੀ ਚਾਹੁੰਦਾ ਹੋਵੇ ਤਾਂ ਆਪਣਾ ਇੱਕ ਕੰਟੈਕਟ ਨੰਬਰ ਜ਼ਰੂਰ ਦੱਸਿਓ। ਹਾਂਜੀ, ਜ਼ਰੂਰ ਜੀ, ਆਪਣੇ 3 ਕੰਟੈਕਟ ਨੰਬਰ ਚੱਲ ਰਹੇ ਨੇ ਜੀ। ਠੀਕ ਹੈ ਜੀ। ਇੱਕ ਤਾਂ 98555 ਜੀ। ਠੀਕ ਹੈ। 60101 ਜੀ। ਠੀਕ ਹੈ ਜੀ। ਦੂਜਾ ਨੰਬਰ ਹੈਗਾ 98427 ਜੀ। ਠੀਕ ਹੈ ਜੀ। 000028। ਠੀਕ ਹੈ ਜੀ। ਤੀਜਾ ਨੰਬਰ ਚੱਲ ਰਿਹਾ ਜਿਹੜੇ 72935 ਜੀ, 42000। ਠੀਕ ਹੈ ਜੀ, ਇਹ ਜਦੋਂ ਮਰਜ਼ੀ ਕਰ ਲਓ ਤੁਹਾਡੇ ਨਾਲ। ਹਾਂਜੀ ਹਾਂਜੀ, ਜਦੋਂ ਮਰਜ਼ੀ। ਸਮਾਂ ਦੇਣ ਲਈ ਬਹੁਤ ਧੰਨਵਾਦ। ਤੁਹਾਡਾ ਵੀ ਧੰਨਵਾਦ ਜੀ, ਤੁਸੀਂ ਵੀ ਆਪਣਾ ਸਮਾਂ ਦਿੱਤਾ। ਠੀਕ ਹੈ ਜੀ, ਵੀਡੀਓ ਚੰਗੀ ਲੱਗੀ ਸ਼ੇਅਰ ਕਮੈਂਟ ਅਤੇ ਲਾਈਕ ਜ਼ਰੂਰ ਕਰਕੇ ਦੱਸੋ। ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਆ ਕਰੋ ਵੀ ਕਿਹੜੀਆਂ ਗੱਲਾਂ ਸਾਡੀਆਂ ਚੰਗੀਆਂ ਲੱਗੀਆਂ ਨੇਗੀਆਂ, ਅਤੇ ਮੋਸਟ ਵੈਲਕਮ ਆ, ਜਦੋਂ ਵੀ ਮਰਜ਼ੀ ਏਜੰਸੀ 'ਚ ਆਓ, ਆਪਣੇ ਮਿੱਤਰ ਨੇ, ਕੁਛ ਨਾ ਕੁਛ ਆਪਣਾ ਨਾਂ ਲੈ ਤੋਂ ਵੀ ਛੋਟ ਕਰਨਗੇ ਜਿੰਨੀ ਵੀ ਹੋ ਸਕੀ। ਠੀਕ ਹੈ ਜੀ, ਧੰਨਵਾਦ ਸਾਰਿਆਂ ਦਾ, ਸਤਿ ਸ਼੍ਰੀ ਅਕਾਲ।